ਤਸਵੀਰਾਂ ਅਸੀਂ ਤੁਹਾਨੂੰ ਇਸ ਵਕਤ ਜ਼ਿਰਕਪੁਰ ਪਟਿਆਲਾ ਜਾਂ ਫਿਰ ਕਹ ਲਈਏ ਜ਼ਿਰਕਪੁਰ ਅੰਬਾਲਾ ਹਾਈਵੇ ਦੀ ਦਿਖਾ ਰਹੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਉਹ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਲੋਕ ਜਿਹੜੇ ਨੇ ਉਹ ਡਿਵਾਈਡਰ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਜਾਂ ਪਾਰ ਕਰਦੇ ਨੇ ਸਿੱਧੇ ਤੌਰ ਦੇ ਤੇ ਕਹੀਏ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਟ੍ਰੈਫਿਕ ਇਸ ਵਕਤ ਕਿੰਨਾ ਜ਼ਿਆਦਾ ਹੈ ਪਰ ਲੋਕ ਜਿਹੜੇ ਨੇ ਉਹ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਇਸ ਡਿਵਾਈਡਰ ਨੂੰ ਪਾਰ ਕਰਦੇ ਨੇ ਹਾਲਾਂਕਿ ਇੱਥੇ ਕਿਸੇ ਵੀ ਡਿਵਾਈਡਰ ਜਿਹੜਾ ਰਸਤਾ ਉਹ ਨਹੀਂ ਬਣਾਇਆ ਗਿਆ ਪਰ ਫਿਰ ਵੀ ਲੋਕ ਜਿਹੜੇ ਨੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਜਿਹੜੇ ਇੱਥੇ ਰੋਡ ਕ੍ਰੋਸ ਕਰਦੇ ਨੇ ਡਿਵਾਈਡਰ ਨੂੰ ਪਾਰ ਕਰਦੇ ਨੇ ਜੇਕਰ ਕੋਈ ਹਾਦਸਾ ਵਾਪਰ ਜਾਵੇ ਤਾਂ ਉਸ ਦਾ ਫਿਰ ਜ਼ਿੰਮੇਵਾਰ ਕੌਣ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਡਿਵਾਈਡਰ ਤੋਂ ਜਿਹੜੀ ਹੈ ਬਾਈਕ ਚੜਾ ਕੇ ਪਾਰ ਕੀਤੀ ਗਈ ਆ ਤੇ ਅਕਸਰ ਅਜਿਹਿਆਂ ਤੋ ਤਸਵੀਰਾਂ ਜਿਹੜੀਆਂ ਨੇ ਸਿਰਕਪੁਰ ਦੇ ਹਾਈਵੇ ਦੇ ਉੱਤੇ ਆਮੂਮਨ ਦੇਖਣ ਨੂੰ ਮਿਲਦੀਆਂ ਨੇ ਭਾਜੀ ਇੱਕ ਮਿੰਟ ਗੱਲ ਸੁਣੀਓ ਗੱਲ ਸੁਣੀਓ ਜੀ ਸੋ ਤੁਸੀਂ ਦੇਖੋ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਭੱਜਦੇ ਨਜ਼ਰ ਆਏ ਇਹੋ ਜਿਹੀਆਂ ਤਸਵੀਰਾਂ ਇੱਥੇ ਆਮ ਦੇਖਣ ਨੂੰ ਮਿਲਦੀਆਂ ਨੇ ਹਾਲਾਂਕਿ ਇਸ ਸੜਕ ਦੇ ਉੱਤੇ ਕਈ ਵਾਰ ਪਹਿਲਾਂ ਇਸੇ ਕਾਰਨ ਹੀ ਕਈ ਹਾਦਸੇ ਹੋ ਚੁੱਕੇ ਨੇ ਇੱਕ ਵਾਰ ਤਾਂ ਇੱਕ ਐਕਟਵਾ ਸਵਾਰ ਜਦ ਡਿਵਾਈਡਰ ਪਾਰ ਕਰ ਰਿਹਾ ਸੀਗਾ ਤਾਂ ਉਸ ਵਕਤ ਹਰਿਆਣਾ ਰੋਡਵੇਸ ਦੀ ਬੱਸ ਦੇ ਅੱਗੇ ਆ ਗਿਆ ਤੇ ਇਸੇ ਥਾਂ ਦੇ ਉੱਤੇ ਉਹ ਹਰਿਆਣਾ ਰੋਡਵੇਸ ਦੀ ਬੱਸ ਜਿਹੜੀ ਆ ਉਹ ਪਲਟ ਗਈ ਸੀ ਹੁਣ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਪੂਰੀ ਪੂਰੀ ਗੱਡੀ ਜਿਹੜੀ ਹੈ ਉਸ ਡਿਵਾਈਡਰ ਦੇ ਉੱਤੇ ਲੰਘਾਈ ਜਾ ਰਹੀ ਹੈ ਤੇ ਸਿਰਫ ਇੱਕ ਸ਼ਾਰਟਕਟ ਸਮਾਂ ਜਿਹੜਾ ਬਹੁਤ ਕਹਿੰਦੇ ਕੀਮਤੀ ਹੈ ਪਰ ਅਜਿਹੇ ਸ਼ਾਰਟਕਟ ਲੈਣਾ ਕੀ ਜਾਇਜ਼ ਹੈ ਇੱਕ ਚੱਲਦਾ ਹਾਈਵੇ ਹੈ ਸਭ ਤੋਂ ਬਿਜ਼ੀ ਹਾਈਵੇ ਹੈ ਤੇ ਉਸ ਬਿਜ਼ੀ ਹਾਈਵੇ ਦੇ ਉੱਤੇ ਅਜਿਹੀਆਂ ਤਸਵੀਰਾਂ ਸਾਹਮਣੇ ਆਣਾ ਆਪਣੇ ਆਪ 'ਚ ਕਈ ਵੱਡੇ ਸਵਾਲ ਜ਼ਰੂਰ ਖੜੇ ਕਰਦਾ ਕਿ ਕੀ ਲੋਕ ਜਿਹੜੇ ਨੇ ਉਹ ਇੰਨੇ ਜ਼ਿਆਦਾ ਬੇਸਬਰੇ ਹੋ ਚੁੱਕੇ ਹੋਏ ਨੇ ਕਿ ਆਪਣੀ ਤੇ ਹੋਰਨਾਂ ਦੀ ਜ਼ਿੰਦਗੀਆਂ ਨਾਲ ਵੀ ਖੇਡ ਜਾਂਦੇ ਨੇ ਸਿਰਫ ਇੱਕ ਕਾਲ ਦੇ ਚੱਲਦੇ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਹਾਲੇ ਵੀ ਤੁਸੀਂ ਹੁਣ ਦੇਖੋਗੇ ਇੱਕ ਆਪ ਮੋਟਰਸਾਈਕਲ ਆਇਆ ਤੇ ਏ ਵੀ ਕਿਤੇ ਨਾ ਕਿਤੇ ਪਾਰ ਕਰਨ ਦੀ ਕੋਸ਼ਿਸ਼ ਕਰੇਗਾ ਪਰ ਸ਼ਾਇਦ ਨਹੀਂ ਪਾਰ ਕੀਤਾ ਕੈਮਰਾ ਦੇਖ ਕੇ ਸ਼ਾਇਦ ਨਹੀਂ ਪਾਰ ਕੀਤਾ ਪਰ ਜਿਹੜੀਆਂ ਇਸ ਡਿਵਾਈਡਰ ਨੂੰ ਸੜਕ ਤੋਂ ਇਸ ਪਾਰ ਤੋਂ ਦੂਸਰੇ ਪਾਰ ਜਾਣਾ ਜਿਹੜੀਆਂ ਤਸਵੀਰਾਂ ਨੇ ਉਹ ਹਰ ਰੋਜ਼ ਦੀਆਂ ਬਹੁਤ ਆਮ ਤਸਵੀਰਾਂ ਨੇ ਜੋ ਕਿ ਆਏ ਦਿਨ ਨਵੀਆਂ ਤੋਂ ਨਵੀਆਂ ਕਟਣਾਵਾਂ ਨੂੰ ਜਿਹੜਾ ਹੈ ਇਨਵੀਟੇਸ਼ਨ ਦਿੰਦੀਆਂ ਨੇ ਸੱਦਾ ਦਿੰਦੀਆਂ ਨੇ ਇੱਧਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜ਼ਿਆਦਾਤਰ ਰੋਗ ਜਿਹੜੇ ਨੇ ਰੌਂਗ ਸਾਈਡ ਤੇ ਆਉਂਦੇ ਨੇ ਇਹ ਇੱਕ ਮਿੰਟ ਤੁਸੀਂ ਇਧਰੋਂ ਆ ਰਹੇ ਹੋ ਰੋਂਗ ਸਾਈਡ ਤੇ ਆ ਰਹੇ ਹੋ ਜੇ ਕੱਲ ਨੂੰ ਕੋਈ ਹਾਦਸਾ ਵਾਪਰ ਜਾਏ ਕੁਝ ਹੋ ਜਾਏ ਕੌਣ ਜ਼ਿੰਮੇਦਾਰ ਹੈ ਹਨ ਤੁਸੀਂ ਜ਼ਿੰਮੇਦਾਰ ਹੋ ਯਾਨੀ ਕਿ ਜਿਹੜਾ ਡਿੱਗੇਗਾ ਤੁਹਾਡੇ ਇਲਾਵਾ ਹੋਰ ਕਿਸੇ ਨੂੰ ਵੀ ਛੱਟਫੇਟ ਲੱਗੇਗੀ ਜ਼ਿੰਮੇਦਾਰ ਤੁਸੀਂ ਹੋਵੋਗੇ ਸਰ ਜੀ ਅੱਗੇ ਤੋਂ ਕੋਈ ਦੁਬਾਰਾ ਨਹੀਂ ਗਲਤੀ ਨਹੀਂ ਕਰਨਗੇ ਦੁਬਾਰਾ ਗਲਤੀ ਨਹੀਂ ਕਰਨਗੇ ਇਹ ਨਹੀਂ ਤਾਂ ਫਿਰ ਕਿਉਂ ਰੋਂਗ ਸਾਈਡ ਤੇ ਕਿਉਂ ਆਇਆ ਜਾਂਦਾ ਹੈ ਕਿ ਮਤਲਬ ਸੜਕਾਂ ਦੇ ਉੱਤੇ ਖਤਰਾਂ ਇਹਦੇ ਖiladi ਬੰਨਾ ਜ਼ਰੂਰੀ ਹੈ ਸਾਰੇ ਲਈ ਨਹੀਂ ਨਹੀਂ ਅੱਗੇ ਸੇ ਧਿਆਨ ਰੱਖेंगे ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਉਹ ਇੱਥੇ ਲਗਾਤਾਰ ਰੋਂਗ ਸਾਈਡ ਵੀ ਆਉਂਦੇ ਨੇ ਫਿਰ ਮੈਂ ਤੁਹਾਨੂੰ ਤਸਵੀਰਾਂ ਦਿਖਾਉਣੀਆਂ ਚਾਹਾਂਗਾ ਤੁਸੀਂ ਦੇਖ ਸਕਦੇ ਹੋ ਕਿ ਲੋਕ ਰੋਂਗ ਸਾਈਡ ਆ ਰਹੇ ਨੇ ਫਿਰ ਭਾਵੇਂ ਉਹ ਕੋਈ ਦੁਪਈਆ ਵਾਹਨ ਹੋਵੇ ਜਾਂ ਫਿਰ ਚੌਪਈਆ ਵਾਹਨ ਹੋਵੇ ਹਰ ਇੱਕ ਇਨਸਾਨ ਇੱਥੋਂ ਰੋਂਗ ਸਾਈਡ ਜਿਹੜਾ ਤੁਸੀਂ ਦੇਖ ਸਕਦੇ ਹੋ ਲਗਾਤਾਰ ਆਂਦਾ ਔਰ ਇੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰੀਕੇ ਦਾ ਕੋਈ ਨਾਕਾਬੰਦੀ ਨਹੀਂ ਹੈ ਕਿਸੇ ਵੀ ਤਰੀਕੇ ਦੀ ਕੋਈ ਰੋਕਟੋਕ ਨਹੀਂ ਹੈ ਹਾਲਾਂਕਿ ਲਗਾਤਾਰ ਇੱਥੋਂ ਕੰਪਲੇਂਟਸ ਆndੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਜਿਹੜੀਆਂ ਨੇ ਉਹ ਭਾਵੇਂ ਚਪਈਆ ਵਾਹਨ ਹੋਵੇ ਭਾਵੇਂ ਦੋ ਪਹੀਆ ਵਾਹਨ ਹੋਵੇ ਰੋਂਗ ਸਾਈਡ ਤੇ ਗੱਡੀਆਂ ਜਿਹੜੀਆਂ ਨੇ ਇੱਥੋਂ ਅਕਸਰ ਆndੀਆਂ ਨੇ ਜੋ ਕਿ ਸਿੱਧੇ ਤੌਰ ਦੇ ਉੱਤੇ ਹਾਦਸਿਆਂ ਨੂੰ ਜਿਹੜਾ ਹੈ ਉਹ ਸੱਦਾ ਦਿੰਦੀਆਂ ਨੇ ਤੇ ਇੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਡਿਵਾਈਡਰ ਉਹ ਦੇ ਕੋਫੇ ਜਿਹੜਾ ਡਿਵਾਈਡਰ ਤੋਂ ਉਹੀ ਜਿਹੜਾ ਮੋਟਰਸਾਈਕਲ ਪਹਿਲਾਂ ਨਿਕਲਿਆ ਸੀਗਾ ਉਹ ਡਿਵਾਈਡਰ ਤੋਂ ਨਿਕਲ ਕੇ ਹੁਣ ਇਸ ਪਾਸੇ ਆਇਆ ਤੇ ਕੋਈ ਵੀ ਜਿਹੜਾ ਹੈ ਕੱਟ ਜਿਹੜਾ ਹੈ ਉਹ ਨਹੀਂ ਬਣਾਇਆ ਗਿਆ ਕੋਈ ਕੱਟ ਜਿਹੜਾ ਨਹੀਂ ਬਣਾਇਆ ਗਿਆ ਇੱਕ ਮਿੰਟ ਰੁਕੋ ਇੱਕ ਮਿੰਟ ਰੁਕਿਓ ਜੀ ਰੁਕਿਓ ਸਿਰਫ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਇੱਕ ਤਾਂ ਗੁਨਾਹ ਕਰਦੇ ਨੇ ਔਰ ਫਿਰ ਭੱਜਦੇ ਵੀ ਨੇ ਸੋ ਇਹੋ ਜੀਆਂ ਤਸਵੀਰਾਂ ਸਿੱਧੇ ਤੌਰ ਤੇ ਕਈੇ ਤਾਂ ਹੈ ਤਾਂ ਬਹੁਤ ਆਮ ਜੀ ਗੱਲ ਪਰ ਵੱਡੇ ਹਾਦਸਿਆਂ ਨੂੰ ਸੱਦਾ ਦਿੰਦੀਆਂ ਨੇ ਜੇਕਰ ਕੋਈ ਵਿਹਕਲ ਕੋਈ ਵੀ ਵਾਹਨ ਉਸ ਪਾਸਿਓਂ ਤੇਜ਼ ਗਤੀ ਨਾਲ ਆਂਦਾ ਹੋਇਆ ਤੇ ਇੱਥੋਂ ਅਗਰ ਕੋਈ ਇੱਕਦਮ ਡਿਵਾਈਡਰ ਪਾਰ ਕਰਕੇ ਕਿਉਂਕਿ ਵਿੱਚ ਖੱਡਾ ਹੈ ਤੇ ਖੱਡੇ ਕਰਕੇ ਹੋ ਸਕਦਾ ਝਟਕੇ ਨਾਲ ਕੋਈ ਜਿਹੜਾ ਵਾਹਨ ਹੈ ਉਹ ਇਸ ਪਾਸੇ ਆ ਜਾਵੇ ਤੇ ਵੱਡੇ ਹਾਦਸੇ ਨੂੰ ਜਿਹੜਾ ਸੱਦਾ ਦੇ ਸਕਦਾ ਇੱਕ ਵੱਡੀ ਤਸਵੀਰ ਇੱਥੇ ਹੋਰ ਦਿਖਾਣਾ ਚਾਹਾਂਗੇ ਕਿ ਇੱਥੇ ਇੱਕ ਕੈਮਰਾ ਵੀ ਲੱਗਾ ਹੋਇਆ ਇੱਥੇ ਇੱਕ ਕੈਮਰਾ ਵੀ ਲੱਗਾ ਹੋਇਆ ਜੋ ਕਿ ਪ੍ਰਸ਼ਾਸਨ ਵੱਲੋਂ ਲਾਇਆ ਗਿਆ ਸੀਗਾ ਤਾਂ ਜੋ ਇੱਥੇ ਅਗਰ ਕੋਈ ਹਾਦਸਾ ਵਾਪਰਦਾ ਹੈ ਜਾਂ ਕੁਝ ਵੀ ਹੁੰਦਾ ਤਾਂ ਉਹਨਾਂ ਹਾਦਸਿਆਂ ਦੀ ਛਾਣਬੀਨ ਕੀਤੀ ਜਾਵੇ ਪਰ ਇਸ ਕੈਮਰੇ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਕੈਮਰਾ ਅਸਮਾਨ ਨੂੰ ਦਿਖਾ ਰਿਹਾ ਹੈ ਪ੍ਰਸ਼ਾਸਨ ਨੂੰ ਸ਼ਾਇਦ ਇਹ ਸੋਚਣ ਦੀ ਬੇਹਦ ਜ਼ਰੂਰਤ ਹੈ ਕਿ ਅਸਮਾਨ ਦੇ ਉੱਤੇ ਸੜਕ ਨਹੀਂ ਹੈ ਤੇ ਅਸਮਾਨ ਦੇ ਉੱਤੇ ਹਾਦਸੇ ਨਹੀਂ ਹੋਣਗੇ ਤੇ ਉਹ ਹਾਦਸੇ ਸੜਕ 'ਤੇ ਹੋਣਗੇ ਤੇ ਇਹ ਜਿਹੜਾ ਕੈਮਰੇ ਦੀ ਇਹ ਹਾਲਤ ਜਿਹੜੀ ਹੈ ਇਹ ਦਸ਼ਾ ਕੈਮਰੇ ਦੀ ਅੱਜ ਤੋਂ ਕੁਝ ਸਮੇਂ ਪਹਿਲਾਂ ਇੱਥੇ ਇੱਕ ਹਾਦਸਾ ਵਾਪਰਿਆ ਸੀਗਾ ਪੰਜਾਬ ਰੋਡ ਹਰਿਆਣਾ ਰੋਡਵੇਸ ਦੀ ਬੱਸ ਜਿਹੜੀ ਆ ਉੱਥੇ ਪਲਟ ਗਈ ਸੀਗੀ ਸੋ ਉਹ ਬੱਸ ਜਦੋਂ ਪਲਟੀ ਸੀ ਤਾਂ ਉਹ ਬੱਸ ਦੇ ਪਲਟਣ ਕਾਰਨ ਇੱਥੇ ਦੋ ਕੈਮਰਾ ਸੀਗੇ ਉਹਨਾਂ ਦੇ ਵਿੱਚੋਂ ਇੱਕ ਕੈਮਰੇ ਦਾ ਪੋਲ ਟੁੱਟ ਗਿਆ ਤੇ ਦੂਸਰਾ ਕੈਮਰਾ ਇਸ ਹਾਲਤ ਦੇ ਵਿੱਚ ਆ ਗਿਆ ਸੋ ਕੀ ਪ੍ਰਸ਼ਾਸਨ ਇਹੋ ਜਿਹਾ ਇਹੋ ਜਿਹਾ ਘਟਨਾਵਾਂ ਨੂੰ ਰੋਕਲ ਨਹੀਂ ਕਿਹੜੇ ਵੱਡੇ ਕਦਮ ਚੱਕ ਰਿਹਾ ਇਹ ਆਪਣੇ ਆਪ 'ਚ ਕਈ ਤਰੀਕੇ ਦੇ ਵੱਡੇ ਸਵਾਲ ਜ਼ਰੂਰ ਖੜੇ ਕਰਦਾ ਹੈ ਤਸਵੀਰਾਂ ਦਾ ਰੋ ਸਿਰਕਪੁਰ ਤੇ ਪੋਲ ਦੇ ਖਤਮ ਹੋਣ ਤੋਂ ਬਾਅਦ ਦੂਸਰੇ ਪਾਸੇ ਦੀ ਵੀ ਦਿਖਾਵਾਂਗੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਉਹ ਡਿਵਾਈਡਰਾਂ ਦੇ ਉੱਤੇ ਹੀ ਮੋਟਰਸਾਈਕਲ ਦੁਪੱਈਆ ਵਾਹਨ ਜਿਹੜਾ ਲੈ ਕੇ ਉਹ ਨਹੀਂ ਪ੍ਰਵਾਹ ਕਰਦੇ ਕਿ ਕਿੰਨਾ ਟ੍ਰੈਫਿਕ ਆ ਰਿਹਾ ਹੈ ਕੀ ਆ ਰਿਹਾ ਪਰ ਉਹ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਵੀ ਲੋਕ ਜਿਹੜੇ ਨੇ ਉਹ ਇਸੇ ਤਰੀਕੇ ਹੀ ਜਿਹੜਾ ਹੈ ਰਸਤਾ ਪਾਰ ਕਰਦੇ ਨੇ ਪਰ ਕੋਈ ਜਿਹੜਾ ਹੈ ਇਸ ਦੇ ਵਿੱਚ ਇਹਨਾਂ ਨੂੰ ਡਰ ਨਹੀਂ ਹੈ ਕੋਈ ਖੋਫ ਨਹੀਂ ਹੈ ਕਿ ਕੋਈ ਹਾਦਸਾ ਵਾਪਰ ਸਕਦਾ ਹੈ ਕੁਝ ਹੋ ਸਕਦਾ ਲੋਕ ਜਿਹੜੇ ਨੇ ਉਹ ਇਸੇ ਤਰੀਕੇ ਹੀ ਇਹਨਾਂ ਡਿਵਾਈਡਰਸ ਨੂੰ ਕ੍ਰਾਸ ਕਰਦੇ ਨੇ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਉਸ ਸੈਂਟਰ ਦੇ ਵਿੱਚ ਵੀ ਇੱਕ ਲੜਕਾ ਤੁਸੀਂ ਦੇਖ ਸਕਦੇ ਹੋ ਕਿ ਉਹ ਸੜਕ ਨੂੰ ਇਸੇ ਤਰੀਕੇ ਨਾਲ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਲਾਂਕਿ ਉਸ ਥਾਂ ਦੇ ਉੱਤੇ ਸੜਕ ਦੇ ਵਿੱਚ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਸੜਕ ਦੇ ਵਿੱਚ ਰਿਪੇਅਰ ਦਾ ਕੰਮ ਚੱਲ ਰਿਹਾ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਭਰੇ ਟ੍ਰੈਫਿਕ ਦੇ ਵਿੱਚ ਪਰੇ ਟ੍ਰੈਫਿਕ ਦੇ ਵਿੱਚ ਮੋਟਰਸਾਈਕਲ ਜਿਹੜਾ ਉਹ ਦੂਸਰੇ ਪਾਰ ਲਿਜਾਂਦਾ ਜਾ ਰਿਹਾ ਹੈ ਡਿਵਾਈਡਰ ਦੇ ਉੱਤੋਂ ਔਰ ਇਹ ਡਿਵਾਈਡਰ ਦੇ ਵਿੱਚ ਕੋਈ ਕੱਟ ਨਹੀਂ ਹੈ ਕੋਈ ਕੁਛ ਨਹੀਂ ਹੈ ਜਿੱਥੋਂ ਕੋਈ ਰਸਤਾ ਬਣਿਆ ਹੋਵੇ ਕਿ ਤੁਸੀਂ ਆਪਣੇ ਵਾਹਨ ਨੂੰ ਇੱਕ ਪਾਸੇ ਤੋਂ ਦੂਜੇ ਪਾਸੇ ਲੈ ਕੇ ਜਾ ਸਕੋ ਪਰ ਫੇਰ ਵੀ ਲੋਕ ਜਿਹੜੇ ਨੇ ਆਪਣੀ ਜਾਨ ਨੂੰ ਖਤਰੇ 'ਚ ਪਾਉਂਦੇ ਨੇ ਆਪਣੀ ਜਾਨਾਂ ਦਾ ਰਿਸਕ ਲੈਂਦੇ ਨੇ ਰਿਸਕ ਲੈ ਕੇ ਸੜਕ ਦੇ ਇੱਕ ਪਾਸੇ ਤੋਂ ਦੂਸਰੇ ਪਾਸੇ ਤੱਕ ਲੋਕ ਜਿਹੜੇ ਨੇ ਉਹ ਜਾਂਦੇ ਹੋਏ ਨਜ਼ਰ ਆਉਂਦੇ ਨੇ ਕੀ ਕਾਰਨ ਹੈ ਕਿ ਮਜਬੂਰੀ ਹੈ ਕਿ ਕੋਈ ਇਨਸਾਨ ਜਿਹੜਾ ਹੈ ਆਪਣੇ ਆਪ ਦੀ ਜਾਨ ਜੋਖਮ 'ਚ ਪਾ ਕੇ ਸੜਕ ਦੇ ਉੱਤੋਂ ਜਦਕੀ ਇਸ ਤੋਂ ਜੇਕਰ ਗੱਲ ਕੀਤੀ ਜਾਵੇ ਤਾਂ ਮੈਂ ਦਿਖਾਸ ਦੇਣਾ ਕੈਮਰਾਮੈਨ ਨੂੰ ਕਿ ਹਾਈਵੇ ਵਾਲਾ ਪਾਸਾ ਦਿਖਾ ਨਾ ਕਿ ਇਸ ਤੋਂ ਇਸ ਇਸ ਪੁਆਇੰਟ ਤੋਂ ਜਾਂ ਪਿਛਲੇ ਪੁਆਇੰਟ ਤੋਂ ਗੱਲ ਕਰੀਏ ਇਸ ਪੁਆਇੰਟ ਤੋਂ ਲੈ ਕੇ ਅਗਲੇ ਪੁਆਇੰਟ ਤੱਕ ਇੱਕ ਡਿਵਾਈਡਰ ਦਾ ਕੱਟ ਜ਼ਰੂਰ ਹੈਗਾ ਤੇ ਉਸ ਕੱਟ ਦੇ ਵਿੱਚ ਅ ਵੱਤ ਤੋਂ ਵੱਤ ਜੇਕਰ ਗੱਲ ਕਰੀਏ ਤਾਂ 300 ਮੀਟਰ ਦਾ ਫਾਸਲਾ ਹੈ 200 ਤੋਂ 300 ਮੀਟਰ ਦਾ ਫਾਸਲਾ ਪਰ ਕੋਈ ਵੀ ਇਨਸਾਨ ਉਹ 300 ਮੀਟਰ ਦਾ ਫਾਸਲਾ ਜਿਹੜਾ ਹੈ ਉਹ ਨਹੀਂ ਕਵਰ ਕਰਦਾ ਬਲਕਿ ਰਿਸਕ ਲੈ ਕੇ ਆਪਣੀ ਜਾਨ ਦਾ ਜੋਖਮ ਲੈ ਕੇ ਇਹਨਾਂ ਡਿਵਾਈਡਰਾਂ ਦੇ ਉੱਤੋਂ ਸੜਕ ਪਾਰ ਕਰਦੇ ਨੇ ਕੀ ਕਾਰਨ ਹੈ ਕਿਉਂ ਲੋਕ ਆਪਣੀ ਜ਼ਿੰਦਗੀ ਨੂੰ ਦਾਤ ਲਗਾ ਕੇ ਆਪਣੀ ਜ਼ਿੰਦਗੀ ਨੂੰ ਜੋਖਮ ਚ ਪਾ ਕੇ ਇਹਨੇ ਟ੍ਰੈਫਿਕ ਦੇ ਵਿੱਚ ਅਜਿਹੀਆਂ ਹਰਕਤਾਂ ਕਰਦੇ ਨੇ ਕੀ ਇਹੋ ਜੀ ਲੋੜ ਹੈ ਕਿਉਂ ਲੋਕ ਇੰਨੇ ਸਬਰੇ ਹੋ ਚੁੱਕੇ ਨੇ ਇਹ ਆਪਣੇ ਆਪ ਦੇ ਵਿੱਚ ਇਸ ਵਕਤ ਬੇਹਦ ਵੱਡਾ ਸਵਾਲ ਹੈ ਤਸਵੀਰਾਂ ਤੁਹਾਨੂੰ ਫੇਰ ਦਿਖਾਣਾ ਚਾਹੁੰਦੇ ਆ ਉਹ ਦੇਖੋ ਕਿ ਇੱਕ ਡਿਲੀਵਰੀ ਗਾਏ ਆ ਜੋ ਕਿ ਡਿਲੀਵਰ ਕਰਨ ਜਾ ਰਿਹਾ ਪਰ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਰਿਹਾ ਭਾਈ ਸਾਹਿਬ ਇੱਕ ਮਿੰਟ ਬਾਤ ਸੁਣਨਾ ਜੀਣਾ ਇੱਕ ਮਿੰਟ ਬਾਤ ਸੁਣਨਾ ਇੱਕ ਮਿੰਟ ਬਾਤ ਸੁਣਨਾ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਗਲਤ ਡਿਵਾਈਡਰ ਤੋਂ ਪਾਰ ਕੀਤਾ ਤੇ ਤੇਜ਼ ਤੇਜ਼ ਨਿਕਲਿਆ ਉਹ ਦੇਖੋ ਤੁਸੀਂ ਇੱਕ ਹੋਰ ਜਿਹੜਾ ਹੈ ਐਸੇ ਤਰੀਕੇ ਦੇ ਨਾਲ ਸੜਕ ਪਾਰ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਅਸੀਂ ਉਹਨਾਂ ਕੋਲ ਜ਼ਰੂਰ ਪਹੁੰਚਾਂਗੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਇੱਕ ਗੱਲ ਬਾਤ ਸੁਣਨਾ ਯਾਰ ਗੱਲ ਸੁਣੀਓ ਗੱਲ ਸੁਣੀਓ ਤੁਸੀਂ ਡਿਲੀਵਰੀ ਕਰ ਰਹੇ ਹੋ ਖਾਣੇ ਦੀ ਡਿਲੀਵਰੀ ਕਰ ਰਹੇ ਹੋ ਇਦਾਂ ਦੀ ਕੀ ਕਾਲੀ ਹੈ ਕਿ ਤੁਸੀਂ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਡਿਵਾਈਡਰ ਦੇ ਉੱਤੋਂ ਮੋਟਰਸਾਈਕਲ ਟੱਪ ਕੇ ਆ ਰਹੇ ਹੋ ਜਦਕਿ ਸਿਰਫ 300 ਮੀਟਰ ਉਧਰ ਤੇ 300 ਮੀਟਰ ਇੱਧਰ ਡਿਵਾਈਡਰ ਹੈਗਾ ਕਿਉਂ ਨਹੀਂ ਉੱਥੇ ਗਏ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਲੋਕ ਬਹੁਤ ਸਾਰੇ ਲੋਕ ਇਹ ਹਰਕਤ ਕਰਦੇ ਨੇ ਪਰ ਜਦੋਂ ਅਸੀਂ ਉਹਨਾਂ ਕੋਲ ਜਵਾਬ ਲੈਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜਵਾਬ ਜਿਹੜਾ ਉਹਨਾਂ ਵੱਲੋਂ ਨਹੀਂ ਦਿੱਤਾ ਜਾਂਦਾ ਤੁਸੀਂ ਫਿਰ ਦੇਖ ਸਕਦੇ ਹੋ ਕਿ ਹੋਰ ਜਿਹੜੇ ਲੋਕ ਨੇ ਲਗਾਤਾਰ ਲੋਕ ਇੱਥੋਂ ਪਾਰ ਕਰਦੇ ਨੇ ਇਹ ਪਹਿਲੀ ਵਾਰ ਨਹੀਂ ਹੈ ਲੋਕ ਲਗਾਤਾਰ ਪਾਰ ਕਰਦੇ ਨੇ ਬਾਤ ਸੁਣਨਾ ਇੱਕ ਮਿੰਟ ਬਾਤ ਸੁਣਨਾ ਬਾਤ ਸੁਣਨਾ ਬਾਤ ਇੱਕ ਮਿੰਟ ਰੁਕੋ ਰੁਕੋ ਆਪ ਨੇ ਡਿਵਾਈਡਰ ਕਿਉਂ ਪਾਰ ਕੀਤਾ ਵਾਹਾਂ ਪੇ ਵੀ ਕੱਟ ਹੈ ਅੱਗੇ ਵੀ ਕੱਟ ਹੈ आप कट पे क्यों गए मतलब आप अपनी जान का जोखिम लेकर यहाँ से क्यों आ रहे होता है, है? हो? हो वहाँ से भी कट है आगे पुल के नीचे से कट है वहां से क्यों नहीं आए जान को जोखिम में क्यों डाल रहे हो इंश्योरेंस ज्यादा बड़ी करवा रखी है क्या कारण है घर में परिवार की चिंता नहीं है क्या कारण नहीं दोबारा नहीं होगा आप अपना मेहनत कर रहे हो मेहनत से कमा रहे हो सारा दिन मेहनत करते हो एक छोटी सी गलती आपकी जान तक ले सकती है अगर आप इस चीज को समझते हो तो फिर आपने क्यों ये कदम उठाया बस गलती हो, नहीं हो, so, हो, गलती हो गई नहीं होगी दोबारा से तो तस्वीरों ਤੁਸੀਂ ਦੇਖ ਸਕਦੇ ਹੋ ਕਿ ਲੋਕ ਕਹਿੰਦੇ ਨੇ बस ਗਲਤੀ ਹੋ ਗਈ ਦੁਬਾਰਤੋਂ ਨਹੀਂ ਕਰਾਂਗੇ ਪਰ ਇੱਥੇ ਕੁਝ ਲੋਕ ਜਿਹੜੇ ਨੇ ਉਹ ਲਗਾਤਾਰ ਇਹ ਚੀਜ਼ ਨੂੰ ਰੋਜ਼ ਦੇਖਦੇ ਨੇ ਤੁਸੀਂ ਹੋਰ ਦੇਖ ਸਕਦੇ ਹੋ ਇਹ ਇਹ ਕਹਾਣੀ ਇੱਥੇ ਖਤਮ ਹੋਣ ਵਾਲੀ ਨਹੀਂ ਹੈ ਜਿੰਨਾ ਵਾਰੀ ਦੇਖੋਗੇ ਓਨੀ ਵਾਰੀ ਕੋਈ ਨਾ ਕੋਈ ਤੁਹਾਨੂੰ ਡਿਵਾਈਡਰ ਦੇ ਉੱਤੋਂ ਮੋਟਰਸਾਈਕਲ ਚਾੰਦਾ ਦਿਖੇਗਾ ਓਨੀ ਵਾਰੀ ਤੁਹਾਨੂੰ ਮੋਟਰਸਾਈਕਲ ਨੂੰ ਪਾਰ ਕਰਦਾ ਦਿਖੇਗਾ ਓਨੀ ਵਾਰੀ ਤੁਹਾਨੂੰ ਆਪਣੀ ਜਾਨ ਨੂੰ ਜੋਖਮ ਚ ਪਾਉਂਦਾ ਦਿਖੇਗਾ ਤੁਸੀਂ ਦੇਖ ਸਕਦੇ ਹੋ ਕਿ ਡਿਵਾਈਡਰ ਦੇ ਵਿੱਚ ਤੇ ਮੋਟਰਸਾਈਕਲ ਦੇ ਵਿੱਚ ਗੈਪ ਕਿੰਨਾ ਜ਼ਿਆਦਾ ਹੈ ਬਾਈਕ ਇੰਬੈਲੈਂਸ ਹੋ ਕੇ गिर ਵੀ ਸਕਦੀ ਹੈ ਹੋਰ ਕਈ ਘਟਨਾਵਾਂ ਨੂੰ ਜਿਹੜਾ ਹੈ ਅੰਜਾਮ ਦਿੱਤਾ ਹੋਰ ਕਈ ਘਟਨਾਵਾਂ ਨੂੰ ਸੱਦਾ ਦਿੱਤਾ ਜਾ ਸਕਦਾ ਪਰ ਲੋਕ ਜਿਹੜੇ ਨੇ ਉਹ ਨਹੀਂ ਹਟਦੇ ਅਸੀਂ ਲੋਕਾਂ ਨਾਲ ਤੁਹਾਡੇ ਸਾਹਮਣੇ ਗੱਲਬਾਤ ਵੀ ਕੀਤੀ ਆ ਰੋਕ ਕੇ ਗੱਲ ਕੀਤੀ ਆ ਤੇ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਸਿਰਫ ਕੈਮਰੇ ਦੇ ਡਰ ਤੋਂ ਤੁਸੀਂ ਦੇਖ ਸਕਦੇ ਹੋ ਗੱਲ ਜ਼ਰੂਰ ਕਰਾਂਗੇ ਬਾਈ ਇੱਕ ਮਿੰਟ ਗੱਲ ਸੁਣੀ ਯਾਰ ਗੱਲ ਸੁਣੀ ਗੱਲ ਸੁਣੀ ਮੇਰਾ ਵੀਰ ਤੁਸੀਂ ਡਿਵਾਈਡਰ ਕਿਉਂ ਟੱਪਿਆ ਕੀ ਗੱਲ ਅੱਗੇ ਉਹ ਕੱਟ ਤੋਂ ਨਹੀਂ ਆਇਆ ਜਾਂਦਾ ਸੀਗਾ ਕਿ ਆਪਾਂ ਖਤਰਿਆਂ ਦੇ ਖਿਡਾਰੀ ਹੈਗੇ ਕੀ ਕਰਨ ਨਹੀਂ ਨਹੀਂ ਭਾਜੀ ਐਸਾ ਨਹੀਂ ਖਤਰੇ ਖਿਡਾਰੀ ਨਹੀਂ ਬਸ ਥੋੜਾ ਜਿਹਾ ਟ੍ਰੈਫਿਕ ਹੋ ਜਾਂਦਾ ਇਸ ਵਜੇ ਕਰਕੇ ਟੱਪ ਗਿਆ ਜੀ ਹੋ ਜਾਂਦਾ ਹੈ ਕਿ ਤੁਹਾਨੂੰ ਤੁਹਾਡੀ ਜਾਨ ਨੂੰ ਜ਼ਿਆਦਾ ਪਿਆਰਾ ਹੈ ਕੰਮ ਟਾਈਮ ਤੇ ਕਰਨਾ ਪਹਿਲੇ ਜਾਣ ਪਿਆਰੀ ਹੈ ਜਾਨੇ ਪਿਆਰੀ ਹੈ ਜੀ ਸਾਡੇ ਨੂੰ ਸਭ ਨੂੰ ਜਾਣ ਪਿਆਰੀ ਹੈ ਜੀ ਬਿਲਕੁਲ ਹੈਗਾ ਤੁਹਾਡਾ ਬਿਲਕੁਲ ਜੀ ਕੌਣ ਕੌਣ ਹੈ ਪਰਿਵਾਰ ਸਾਰੇ ਹੀ ਮਾਪੇ ਪਿਤਾ ਸਾਰੇ ਹੀ ਹੈ ਬਾਈ ਭੈਣ ਜੇ ਤੁਹਾਡਾ ਇਹ ਡਵਾਈਡਰ ਪਾਰ ਕਰਦੇ ਆ ਐਕਸੀਡੈਂਟ ਹੋ ਜਾਵੇ ਤੁਹਾਨੂੰ ਕੋਈ ਹਾਨੀ ਹੋ ਜਾਵੇ ਕੁਝ ਹੋ ਜਾਵੇ ਫਿਰ ਲੱਗਦਾ ਨਹੀਂ ਕਿ ਉਹ ਤੁਹਾਡੇ ਪਰਿਵਾਰ ਨੂੰ ਏਡਾ ਵੱਡਾ ਨੁਕਸਾਨ ਹੋ ਜਾਏਗਾ ਜੋ ਅੱਜ ਕਮਾਊ ਪੁੱਤ ਜਿਹੜਾ ਮਿਹਨਤ ਕਰਕੇ ਕਮਾ ਰਿਹਾ ਲੱਗਦਾ ਨਹੀਂ ਕਿ ਉਹ ਕਮਾਊ ਪੁੱਤਰ ਦਾ ਨੁਕਸਾਨ ਉਸ ਪਰਿਵਾਰ ਨੂੰ ਚੇਲਣਾ ਪਏਗਾ ਹੈਗਾ ਜੀ ਨੁਕਸਾਨ ਹੈਗਾ ਜੀ ਉੱਪਰ ਨਹੀਂ ਇਹ ਟਲਦੇ ਔਰ ਇਹ ਸ਼ਾਇਦ ਤੁਸੀਂ ਪਹਿਲੀ ਵਾਰ ਨਹੀਂ ਟੱਪਿਆ ਹੋਏਗਾ ਇਸ ਤੋਂ ਪਹਿਲਾਂ ਵੀ ਕੀਤਾ ਸਰ ਪਤਾ ਕਿ ਆ ਉਹ ਥੋੜਾ ਜਲਦਬਾਜੀ ਦੇ ਚੱਕਰ ਸੇ ਲੋਕ ਕਰ ਜਾਂਦੇ ਔਰ ਕੁਛ ਨਹੀਂ ਸਰ ਜਲਦਬਾਜੀ ਕਰ ਹਾਂਜੀ ਹਾਂਜੀ ਕਿਵੇਂ ਲੱਗਦਾ ਨਹੀਂ ਜਲਦਬਾਜੀ ਨਹੀਂ ਕਰਨੀ ਚਾਹੀਦੀ ਨਹੀਂ ਕਰਨੀ ਨਹੀਂ ਚਾਹੀਏ ਰੂਲ ਫੋਲੋ ਕਰਨਾ ਚਾਹੀਏ ਸਰ ویسੇ ਤੋਂ ਨੈਕਸਟ ਜਿਹੜਾ ਤੁਸੀਂ ਦੇਖ ਸਕਦੇ ਹੋ ਉੱਥੇ ਵੀ ਇੱਕ ਹੋਰ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਸੱਜਣ ਨੇ ਜਿਹੜੇ ਦੁਪਈਆ ਵਾਹਨ ਨੂੰ ਜਿਹੜਾ ਹੈ ਉਹ ਇਸੇ ਤਰੀਕੇ ਨਾਲ ਟਪਾ ਰਹੇ ਨੇ ਸੋ ਇਹ ਜਿਹੜੀ ਇਹ ਜਿਹੜੀ ਕਹਿ ਲਈਏ ਕਿ ਇੱਕ ਰੋਜ਼ ਦੀ ਦਿਨਚਰਿਆ ਬਣ ਚੁੱਕੀ ਹੋਈ ਆ ਹਰ ਰੋਜ਼ ਜਿਹੜੇ ਲੋਕ ਨੇ ਉਹ ਇੱਥੋਂ ਇਸੇ ਤਰੀਕੇ ਜਾਂਦੇ ਨੇ ਹਰ ਰੋਜ਼ ਲੋਕ ਜਿਹੜੇ ਨੇ ਆਪਣੀ ਜਾਨ ਨੂੰ ਜੋਖਮ 'ਚ ਪਾਉਂਦੇ ਨੇ ਮੈਂ ਤਰਖਾਸ ਕਰਾਂਗਾ ਕੈਮਰਾਮੈਨ ਨੂੰ ਕੋਈ ਦਿਖਾਣ ਕਿ ਕਿਸ ਹੱਦ ਦਾ ਟ੍ਰੈਫਿਕ ਜਿਹੜਾ ਹੈ ਉਹ ਇੱਥੇ ਹਰ ਰੋਜ਼ ਦੇਖਣ ਨੂੰ ਮਿਲਦਾ ਕਿਉਂਕਿ ਇਹ ਮੇਨ ਚੰਡੀਗੜ੍ਹ ਅੰਬਾਲਾ ਹਾਈਵੇ ਹੈ ਸਿੱਧਾ ਜਿਹੜੀ ਰੋਡ ਹੈ ਉਹ ਚੰਡੀਗੜ੍ਹ ਵੱਲ ਦੀ ਹੈ ਉਹ ਸਾਹਮਣੇ ਇੱਕ ਰੋਡ ਪਾਰ ਕਰ ਲੇ ਤਾਂ ਚੰਡੀਗੜ੍ਹ ਪਹੁੰਚ ਜਾਂਦਾ ਇਨਸਾਨ ਤੇ ਇਹ ਚੰਡੀਗੜ੍ਹ ਅੰਬਾਲਾ ਮੇਨ ਚੰਡੀਗੜ੍ਹ ਅੰਬਾਲਾ ਹਾਈਵੇ ਹੈ ਜਿੱਥੇ ਜ਼ਿਰਕਪੁਰ ਦੇ ਵਿੱਚ ਲੋਕ ਜਿਹੜੇ ਨੇ ਆਪਣੀ ਜਾਨ ਨੂੰ ਜੋਖਮ 'ਚ ਪਾਉਂਦੇ ਨੇ ਤੇ ਜੋਖਮ 'ਚ ਪਾ ਕੇ ਐਸੇ ਡਿਵਾਈਡਰ ਨੂੰ ਇਸ ਕਦਰ ਪਾਰ ਕਰਦੇ ਨੇ ਜੋ ਕਿ ਲਗਾਤਾਰ ਹਾਦਸਿਆਂ ਨੂੰ ਜਿਹੜਾ ਹੈ ਸੱਦਾ ਦਿੰਦਾ ਸਾਡਾ ਮਕਸਦ ਕੋਈ ਕਿਸੇ ਦੀ ਹਾਨੀ ਕਰਨਾ ਨਹੀਂ ਹੈ ਕਿਸੇ ਨੂੰ ਕਹ ਲਈਏ ਕਿ ਉਹਨਾਂ ਦੀ ਇੱਜ਼ਤ ਦੇ ਉੱਤੇ ਕੋਈ ਆਂਚ ਪਹੁੰਚਾਣਾ ਨਹੀਂ ਹੈ ਪਰ ਸਾਡਾ ਮਕਸਦ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰ ਹੈ ਉਹਨਾਂ ਨੂੰ ਇੱਕ ਸੰਦੇਸ਼ ਇਹਨਾਂ ਜ਼ਰੂਰ ਹੈ ਕਿ ਜੇਕਰ ਤੁਹਾਡੇ ਲਈ ਟ੍ਰੈਫਿਕ ਰੂਲਸ ਟ੍ਰੈਫਿਕ ਦੇ ਨਿਯਮ ਬਣਾਏ ਗਏ ਨੇ ਤਾਂ ਤੁਸੀਂ ਉਹਨਾਂ ਟ੍ਰੈਫਿਕ ਦੇ ਨੀਮਾਂ ਨੂੰ ਜ਼ਰੂਰ ਮੰਨੋ ਉਹਨਾਂ ਦੀ ਪਾਲਣਾ ਜ਼ਰੂਰ ਕਰੋ ਤੇ ਜੇਕਰ ਤੁਸੀਂ ਅਜਿਹੇ ਰਿਸਕ ਲੈਨੇ ਹੋ ਤਾਂ ਇਹ ਰਿਸਕ ਤੁਹਾਡੀ ਜ਼ਿੰਦਗੀ ਵੀ ਲੈ ਸਕਦੇ ਨੇ ਕੈਮਰਾ ਪਰਸਨ ਰਵਿੰਦਰ ਡੋਗਰਾ ਦੇ ਨਾਲ ਸੈਨਰੂ ਲਾਲਵਿੰਗਡੀਆ ਨਿਊਜ਼ ਜ਼ਰਖਪੁਰ